ਮੈਨੂੰ ਲੱਗਦਾ ਕਿ ਜਿੱਦਾਂ ਦਾ ਲੋਕਾਂ ਨੇ ਰਿਸਪੋਂਡ ਕੀਤਾ ਸੀ ਮੈਨੂੰ, ਜਿੱਦਾਂ ਦਾ ਉਹਨਾਂ ਦੀ ਬੋਡੀ ਲੈਂਗੁਏਜ ਸੀ, ਜਿਸ ਤਰ੍ਹਾਂ ਉਹ ਮੈਨੂੰ ਮਿਲਦੇ ਸੀ, ਮੈਨੂੰ ਲੱਗਦਾ ਕਿ ਲੋਕਾਂ ਨੇ ਮਨ ਬਣਾਇਆ ਸੀ ਕਿ ਇਸ ਵਾਰੀ ਸ਼੍ਰੋਮਣੀ ਕਲੱਬ ਬਸਪਾ ਗਠਜੋੜ ਨੂੰ ਜਿਤਾਉਣਾ, ਬਾਕੀ 2 ਘੰਟੇ ਪਾ ਲੱਗ ਜਾਣਾ ਜੀ। ਇਹ ਗੱਲ ਕਰੀਏ ਕਿੰਨੀ ਸ਼੍ਰੋਮਣੀ ਅਕਾਲੀ ਦਲ ਲੀਡ ਲੈ ਕੇ ਜਾਏਗੀ? ਦੇਖੋ ਇਹ ਕਹਿਣਾ ਤਾਂ ਬੜਾ ਔਖਾ ਹੁੰਦਾ, ਇਹ ਮੇਰੇ ਲਈ ਚੰਗਾ ਵੀ ਨਹੀਂ ਲੱਗੇਗਾ ਕਿ ਹੁਣ ਤਾਂ ਰਿਜ਼ਲਟ ਆਮ ਵਾਲਾ ਆ। ਸੋ ਮੈਂ ਸਮਝਦਾ ਕਿ ਸਾਨੂੰ ਇਹ ਲੱਗਦਾ ਕਿ ਅਸੀਂ ਵੱਡੇ ਮਾਰਜਨ 'ਤੇ ਜਿੱਤਾਂਗੇ। ਅਤੇ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਕਿੱਦਾਂ, ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ? ਉਸੇ ਕਰਕੇ ਕਹਿੰਦਾ ਕਿ ਜਿੱਤਾਂਗੇ, ਕਿਉਂਕਿ ਜੇ ਲੋਕ ਸਾਨੂੰ ਮਿਲਦੇ ਨਾ, ਸਾਨੂੰ ਰਿਸਪੋਂਡ ਨਾ ਕਰਦੇ, ਸਾਡੇ ਲਈ ਪੋਜ਼ਿਟਿਵ ਐਟੀਟਿਊਡ ਨਾ ਰੱਖਦੇ, ਫਿਰ ਇਹ ਗੱਲ ਕਹਿਣੀ ਬੜੀ ਔਖੀ ਨਹੀਂ, ਫਿਰ ਮੈਂ ਆਉਣਾ ਵੀ ਨਹੀਂ ਸੀ ਇੱਥੇ, ਹੈ ਨਾ। ਜੇ ਮੈਂ ਆਇਆ ਤਾਂ ਮਤਲਬ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਮਾਰਜਨ ਦੇ ਵਿੱਚ, ਜੋ ਹੈ ਡਾਕਟਰ ਸੁੱਖੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਲੀਡ ਲੈ ਕੇ? ਬਿਲਕੁਲ ਲੱਗਦਾ ਇਸ ਤਰ੍ਹਾਂ, ਬਾਕੀ ਉਹ ਪਰਮਾਤਮਾ ਆ, ਹੈ ਉਹ ਤਾਂ ਹੁਣ ਡੱਬਿਆਂ ਨੇ ਦੱਸੇ ਦੇਣਾ। ਚਲੋ ਮੈਨੂੰ ਲੱਗਦਾ, ਉਮੀਦ ਆ, ਥੈਂਕ ਯੂ। ਮੈਨੂੰ ਲੱਗਦਾ ਕਿ ਜਿੱਦਾਂ ਦਾ ਲੋਕਾਂ ਨੇ ਰਿਸਪੋਂਡ ਕੀਤਾ ਸੀ ਮੈਨੂੰ, ਜਿੱਦਾਂ ਦਾ ਉਹਨਾਂ ਦੀ ਬੋਡੀ ਲੈਂਗੁਏਜ ਸੀ, ਜਿਸ ਤਰ੍ਹਾਂ ਉਹ ਮੈਨੂੰ ਮਿਲਦੇ ਸੀ, ਮੈਨੂੰ ਲੱਗਦਾ ਕਿ ਲੋਕਾਂ ਨੇ ਮਨ ਬਣਾਇਆ ਸੀ ਕਿ ਇਸ ਵਾਰੀ ਸ਼੍ਰੋਮਣੀ ਅਕਾਲੀ ਬਸਪਾ ਗਠਜੋੜ ਨੂੰ ਜਿਤਾਉਣਾ, ਬਾਕੀ 2 ਘੰਟੇ ਪਾ ਲੱਗ ਜਾਣਾ ਜੀ। ਇਹ ਗੱਲ ਕਰੀਏ ਕਿੰਨੀ ਸ਼੍ਰੋਮਣੀ ਅਕਾਲੀ ਦਲ ਲੀਡ ਲੈ ਕੇ ਜਾਏਗੀ? ਦੇਖੋ ਇਹ ਕਹਿਣਾ ਤਾਂ ਬੜਾ ਔਖਾ ਹੁੰਦਾ, ਇਹ ਮੇਰੇ ਲਈ ਚੰਗਾ ਵੀ ਨਹੀਂ ਲੱਗੇਗਾ ਕਿ ਹੁਣ ਤਾਂ ਰਿਜ਼ਲਟ ਆਮ ਵਾਲਾ ਆ। ਸੋ ਮੈਂ ਸਮਝਦਾ ਕਿ ਸਾਨੂੰ ਇਹ ਲੱਗਦਾ ਕਿ ਅਸੀਂ ਵੱਡੇ ਮਾਰਜਨ 'ਤੇ ਜਿੱਤਾਂਗੇ। ਅਤੇ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਕਿੱਦਾਂ, ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ? ਉਸੇ ਕਰਕੇ ਕਹਿੰਦਾ ਕਿ ਜਿੱਤਾਂਗੇ, ਕਿਉਂਕਿ ਜੇ ਲੋਕ ਸਾਨੂੰ ਮਿਲਦੇ ਨਾ, ਸਾਨੂੰ ਰਿਸਪੋਂਡ ਨਾ ਕਰਦੇ, ਸਾਡੇ ਲਈ ਪੋਜ਼ਿਟਿਵ ਐਟੀਟਿਊਡ ਨਾ ਰੱਖਦੇ, ਫਿਰ ਇਹ ਗੱਲ ਕਹਿਣੀ ਬੜੀ ਔਖੀ ਨਹੀਂ, ਫਿਰ ਮੈਂ ਆਉਣਾ ਵੀ ਨਹੀਂ ਸੀ ਇੱਥੇ, ਹੈ ਨਾ। ਜੇ ਮੈਂ ਆਇਆ ਤਾਂ ਮਤਲਬ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਮਾਰਜਨ ਦੇ ਵਿੱਚ, ਜੋ ਹੈ ਡਾਕਟਰ ਸੁੱਖੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਲੀਡ ਲੈ ਕੇ? ਬਿਲਕੁਲ ਲੱਗਦਾ ਇਸ ਤਰ੍ਹਾਂ, ਬਾਕੀ ਉਹ ਪਰਮਾਤਮਾ ਆ, ਹੈ ਉਹ ਤਾਂ ਹੁਣ ਡੱਬਿਆਂ ਨੇ ਦੱਸੇ ਦੇਣਾ। ਚਲੋ ਮੈਨੂੰ ਲੱਗਦਾ, ਉਮੀਦ ਆ, ਥੈਂਕ ਯੂ। ਮੈਨੂੰ ਲੱਗਦਾ ਕਿ ਜਿੱਦਾਂ ਦਾ ਲੋਕਾਂ ਨੇ ਰਿਸਪੋਂਡ ਕੀਤਾ ਸੀ ਮੈਨੂੰ, ਜਿੱਦਾਂ ਦਾ ਉਹਨਾਂ ਦੀ ਬੋਡੀ ਲੈਂਗੁਏਜ ਸੀ, ਜਿਸ ਤਰ੍ਹਾਂ ਉਹ ਮੈਨੂੰ ਮਿਲਦੇ ਸੀ, ਮੈਨੂੰ ਲੱਗਦਾ ਕਿ ਲੋਕਾਂ ਨੇ ਮਨ ਬਣਾਇਆ ਸੀ ਕਿ ਇਸ ਵਾਰੀ ਸ਼੍ਰੋਮਣੀ ਅਕਾਲੀ ਬਸਪਾ ਗਠਜੋੜ ਨੂੰ ਜਿਤਾਉਣਾ, ਬਾਕੀ 2 ਘੰਟੇ ਪਾ ਲੱਗ ਜਾਣਾ ਜੀ। ਇਹ ਗੱਲ ਕਰੀਏ ਕਿੰਨੀ ਸ਼੍ਰੋਮਣੀ ਅਕਾਲੀ ਦਲ ਲੀਡ ਲੈ ਕੇ ਜਾਏਗੀ? ਦੇਖੋ ਇਹ ਕਹਿਣਾ ਤਾਂ ਬੜਾ ਔਖਾ ਹੁੰਦਾ, ਇਹ ਮੇਰੇ ਲਈ ਚੰਗਾ ਵੀ ਨਹੀਂ ਲੱਗੇਗਾ ਕਿ ਹੁਣ ਤਾਂ ਰਿਜ਼ਲਟ ਆਮ ਵਾਲਾ ਆ। ਸੋ ਮੈਂ ਸਮਝਦਾ ਕਿ ਸਾਨੂੰ ਇਹ ਲੱਗਦਾ ਕਿ ਅਸੀਂ ਵੱਡੇ ਮਾਰਜਨ 'ਤੇ ਜਿੱਤਾਂਗੇ। ਅਤੇ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਕਿੱਦਾਂ, ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ? ਉਸੇ ਕਰਕੇ ਕਹਿੰਦਾ ਕਿ ਜਿੱਤਾਂਗੇ, ਕਿਉਂਕਿ ਜੇ ਲੋਕ ਸਾਨੂੰ ਮਿਲਦੇ ਨਾ, ਸਾਨੂੰ ਰਿਸਪੋਂਡ ਨਾ ਕਰਦੇ, ਸਾਡੇ ਲਈ ਪੋਜ਼ਿਟਿਵ ਐਟੀਟਿਊਡ ਨਾ ਰੱਖਦੇ, ਫਿਰ ਇਹ ਗੱਲ ਕਹਿਣੀ ਬੜੀ ਔਖੀ ਨਹੀਂ, ਫਿਰ ਮੈਂ ਆਉਣਾ ਵੀ ਨਹੀਂ ਸੀ ਇੱਥੇ, ਹੈ ਨਾ। ਜੇ ਮੈਂ ਆਇਆ ਤਾਂ ਮਤਲਬ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਮਾਰਜਨ ਦੇ ਵਿੱਚ, ਜੋ ਹੈ ਡਾਕਟਰ ਸੁੱਖੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਲੀਡ ਲੈ ਕੇ? ਬਿਲਕੁਲ ਲੱਗਦਾ ਇਸ ਤਰ੍ਹਾਂ, ਬਾਕੀ ਉਹ ਪਰਮਾਤਮਾ ਆ, ਹੈ ਉਹ ਤਾਂ ਹੁਣ ਡੱਬਿਆਂ ਨੇ ਦੱਸੇ ਦੇਣਾ। ਚਲੋ ਮੈਨੂੰ ਲੱਗਦਾ, ਉਮੀਦ ਆ, ਥੈਂਕ ਯੂ। ਮੈਨੂੰ ਲੱਗਦਾ ਕਿ ਜਿੱਦਾਂ ਦਾ ਲੋਕਾਂ ਨੇ ਰਿਸਪੋਂਡ ਕੀਤਾ ਸੀ ਮੈਨੂੰ, ਜਿੱਦਾਂ ਦਾ ਉਹਨਾਂ ਦੀ ਬੋਡੀ ਲੈਂਗੁਏਜ ਸੀ, ਜਿਸ ਤਰ੍ਹਾਂ ਉਹ ਮੈਨੂੰ ਮਿਲਦੇ ਸੀ, ਮੈਨੂੰ ਲੱਗਦਾ ਕਿ ਲੋਕਾਂ ਨੇ ਮਨ ਬਣਾਇਆ ਸੀ ਕਿ ਇਸ ਵਾਰੀ ਸ਼੍ਰੋਮਣੀ ਅਕਾਲੀ ਬਸਪਾ ਗਠਜੋੜ ਨੂੰ ਜਿਤਾਉਣਾ, ਬਾਕੀ 2 ਘੰਟੇ ਪਾ ਲੱਗ ਜਾਣਾ ਜੀ। ਇਹ ਗੱਲ ਕਰੀਏ ਕਿੰਨੀ ਸ਼੍ਰੋਮਣੀ ਅਕਾਲੀ ਦਲ ਲੀਡ ਲੈ ਕੇ ਜਾਏਗੀ? ਦੇਖੋ ਇਹ ਕਹਿਣਾ ਤਾਂ ਬੜਾ ਔਖਾ ਹੁੰਦਾ, ਇਹ ਮੇਰੇ ਲਈ ਚੰਗਾ ਵੀ ਨਹੀਂ ਲੱਗੇਗਾ ਕਿ ਹੁਣ ਤਾਂ ਰਿਜ਼ਲਟ ਆਮ ਵਾਲਾ ਆ। ਸੋ ਮੈਂ ਸਮਝਦਾ ਕਿ ਸਾਨੂੰ ਇਹ ਲੱਗਦਾ ਕਿ ਅਸੀਂ ਵੱਡੇ ਮਾਰਜਨ 'ਤੇ ਜਿੱਤਾਂਗੇ। ਅਤੇ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਕਿੱਦਾਂ, ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ? ਉਸੇ ਕਰਕੇ ਕਹਿੰਦਾ ਕਿ ਜਿੱਤਾਂਗੇ, ਕਿਉਂਕਿ ਜੇ ਲੋਕ ਸਾਨੂੰ ਮਿਲਦੇ ਨਾ, ਸਾਨੂੰ ਰਿਸਪੋਂਡ ਨਾ ਕਰਦੇ, ਸਾਡੇ ਲਈ ਪੋਜ਼ਿਟਿਵ ਐਟੀਟਿਊਡ ਨਾ ਰੱਖਦੇ, ਫਿਰ ਇਹ ਗੱਲ ਕਹਿਣੀ ਬੜੀ ਔਖੀ ਨਹੀਂ, ਫਿਰ ਮੈਂ ਆਉਣਾ ਵੀ ਨਹੀਂ ਸੀ ਇੱਥੇ, ਹੈ ਨਾ। ਜੇ ਮੈਂ ਆਇਆ ਤਾਂ ਮਤਲਬ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਮਾਰਜਨ ਦੇ ਵਿੱਚ, ਜੋ ਹੈ ਡਾਕਟਰ ਸੁੱਖੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਲੀਡ ਲੈ ਕੇ? ਬਿਲਕੁਲ ਲੱਗਦਾ ਇਸ ਤਰ੍ਹਾਂ, ਬਾਕੀ ਉਹ ਪਰਮਾਤਮਾ ਆ, ਹੈ ਉਹ ਤਾਂ ਹੁਣ ਡੱਬਿਆਂ ਨੇ ਦੱਸੇ ਦੇਣਾ। ਚਲੋ ਮੈਨੂੰ ਲੱਗਦਾ, ਉਮੀਦ ਆ, ਥੈਂਕ ਯੂ।